दोस्तों इंडसएज एंड फ्रेंड्स वर्ल्ड टीवी में आप सबका स्वागत। मैं आपका अपना वरुण तिवारी। आज आपकी एक स्पेशल मुलाकात स्पेशल सिंगर से। जी हाँ, एक सिंगर मल्टी टैलेंटेड जी, बहुत ही उम्दा सिंगर जगदीप जुबली। जगदीप जुबली जी एक अपने आप में एक बहुत ही सुंदर, बहुत ही जबरदस्त सिंगर। आइए आपकी एक स्पेशल मुलाकात जगदीप जुबली के साथ। अगर आप जो भी मैं लाव तेरा फोन रहा बिजी वे, मैनु तंग करके तू कि ईजी वे। अल्लाह करे जे आ जावे सोना हा। तेरे कोवे खात सारे मोड़ते, नाले तेरे अके हाथ जोड़ते, तू ते हत्तों वाद करी जाना है। अगर आप सिंगिंग दी लाइन दी शुरुआत करिए, तुसी सिंगिंग लाइन दे विच कद स्टार्ट किता ते किस तरीके ना तुहाडी शुरुआत हुई, पहले गाने तो स्टार्ट करिए। जे आपां गल करिए सिंगिंग दी ते आ ते गॉड गिफ्टेड चीज है। मैं सेंस जदों मैं फिफ्थ चे सी उदों तो मैं गाना शुरू करता, फिर शुरू हो गया सिलसिला पंजवीं तो बाद इंटर स्कूल कॉम्पीटिशन, इंटर कॉलेज कॉम्पीटिशन, इंटर यूनिवर्सिटी, फिर मैं बी टेक की थी है, फिर कॉलेज ऑफ इंजीनियरिंग एंड टेक्नोलॉजी गुरदासपुर तो ही जी। उत्थे भी काफ़ी कॉम्पीटिशन लड़े, हमेशा पहली दूजी पोजिशन पर रहे हैं, परमात्मा का शुक्र सी, लोगों का प्यार सी। तो फिर प्रोफेसनली मैं गाना स्टार्ट किया 2004 जी। मेरी पहली कैसेट आई सी तेरी फुलकारी टाइटल देना, SMI कंपनी पाई सी। डेफिनेटली उस जमाने में मैं भी तुम्हारे नाल सी। हां जी हां जी, बस 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 बस, उदों ही आपा परमात्मा ने मेल बनाया, स्वागत बनाया, वरुण तिवारी जी दे नाल मेल होए अपने, ते काफी समा आपा कोड़ियां मिटियां जाता एक दूजे नाल साझियां कीतियां, ते सफर मेरा तेरी फुलकारी तों शुरू होया। तेरी फुलकारी ते तेरी फुलकारी दे दो बोल हो जाए। हां जी हां जी, ਉਹਦੇ ਵਿੱਚ ਇੱਕ ਸੈਡ ਸੌਂਗ ਸੀ ਦੱਸ ਦੋ ਮੇਰੇ ਯਾਰ ਦਾ ਗਾਣਾ ਜੀ, ਉਹਦੀ ਮੈਂ ਦੋ ਲਾਈਨ ਤੁਹਾਡੇ ਨਾਲ ਪੇਸ਼ ਕਰਾਂ। ਦੱਸ ਦੋ ਹਵਾ ਮੇਰੇ ਯਾਰ ਦਾ ਠਿਕਾਣਾ, ਦੱਸ ਦੋ ਹਵਾ ਮੇਰੇ ਯਾਰ ਦਾ ਠਿਕਾਣਾ, ਤੂੰ ਵਸਦਾ ਏ ਕਿੱਥੇ अगर मैं याद हो इस कैसेट दे विच एक बीट गाना भी सीगा केड़ा की सारे चैनल सारी पार्टियां जो ने बड़ा धूम पाई सी, मेरे ख्याल जयपुर दे विच शूट होया सी। तेरी फुलकारी क्या बात है, क्या बात है। मैं उही गल्ला याद आ रही है कि किन्नियां ही गल्लां गाना सुनते सारी ना एक जान आ जाती है। तो केड़े तुसी गाने मीन्स गाना चाहते हो तो उहदे इक राइटर्स केड़े खुद लिखते हो तो राइटर्स अलग अलग जगह तो तुसी लभदे रहने हो? ਜਿੱਦਾਂ ਹੁਣ ਆਪਣਾ ਫੀਲ ਹੋਣ ਕਰਕੇ ਫਿਰ ਜਿਹਦਾ ਦੇਖਿਆ ਰੁਝਾਨ ਮਾਰਕੀਟ ਦਾ, ਕਿਉਂਕਿ ਅੱਜ ਕੱਲ੍ਹ ਦਾ ਟਾਈਮ ਅਜਿਹਾ ਆ ਗਿਆ ਵੀ ਜਿਹੜਾ ਆਪ ਲਿਖੇਗਾ
ਮੋਸਟਲੀ ਉਹੀ ਸਰਵਾਈਵ ਕਰੇਗਾ ਕਿਉਂਕਿ ਤੁਹਾਡੇ ਭਾਵ ਹੁੰਦੇ ਆ ਆਪਣੇ ਤੁਸੀਂ ਜ਼ਿੰਦਗੀ ਹੰਡਾਈ ਹੁੰਦੀ ਆ ਤੁਸੀਂ ਦੇਖ ਰਹੇ ਹੁੰਦੇ ਹੋ ਹੈ ਨਾ ਤੇ ਮੈਂ ਵੀ ਕੋਈ ਐਕਸਪੈਰੀਮੈਂਟ ਕਰ ਰਿਹਾ ਆਪਣੇ ਗਾਣੇ ਪਹਿਲਾਂ ਮਿਲ ਗਿਆ ਪਰ ਮੇਰਾ ਅਜੇ ਮਤਲਬ ਕੋਈ ਗਾਣਾ ਗਿਆ ਫਿਰ 2014 ਚ ਮੈਨੂੰ ਅੰਮਾ ਜੀ ਮੈਂ ਦੱਸਿਆ ਸੀ ਆਪਾਂ ਫੋਨ ਤੇ ਵੀ ਗੱਲ ਹੋਈ ਹੈ ਵੀ ਮੈਨੂੰ ਚੰਡੀਗੜ੍ਹ ਇੰਡੀਅਨ ਆਇਲ ਦਾ ਪੈਟਰੋਲ ਪੰਪ ਮਿਲ ਗਿਆ ਸੀ 2016 ਚ ਫਸਟ ਸੀਐਨਜੀ ਸਟੇਸ਼ਨ ਆਫ ਚੰਡੀਗੜ੍ਹ ਉਹ ਵੀ ਸਾਡਾ ਸੀ ਤੇ ਬਿਜ਼ਨਸ ਦੇ ਵਿੱਚ ਪਰਮਾਤਮਾ ਦੀ ਬੜੀ ਕਿਰਪਾ ਹੋਈ ਹੈ ਚੰਡੀਗੜ੍ਹ ਦੇ ਵਿੱਚ ਇੱਕ ਬਿਜ਼ਨਸ ਹੋਣਾ ਵੀ ਬੜਾ ਇੱਕ ਅਹਿਮ ਗੱਲ ਹੈਗੀ ਹੈ ਪਰਮਾਤਮਾ ਦੀ ਬਖਸ਼ਿਸ਼ ਹੈਗੀ ਹੈ ਤੇ ਸਾਡਾ ਪੰਪ ਜਿਹੜਾ ਸੈਕਟਰ 44 ਸੀ ਚ ਹੈ ਪੂਰੀ ਤੇ ਦੋਸਤੋ ਜਦ ਵੀ ਤੁਸੀਂ ਚੰਡੀਗੜ੍ਹ ਜਾਣਾ ਜਾਂ ਚੰਡੀਗੜ੍ਹ ਦੇ ਆਸ ਪਾਸ ਹੋਣਾ ਤੇ ਸਪੈਸ਼ਲ ਜਗਦੀਪ ਜੀ ਹੋਣਾ ਦੇ ਪੈਟਰੋਲ ਪੰਪ ਜ਼ਰੂਰ ਜਾਣਾ ਤੇ ਨਾਲ ਇੱਕ ਗਾਣਾ ਸੁਣ ਕੇ ਆਣਾ ਗਾਣਾ ਸੁਣ ਕੇ ਕੌੜੀਆਂ ਯਾਦਾਂ ਸਾਂਝੀਆਂ ਕਰਾਂਗੇ ਜਿਹੜਾ ਵੀ ਆਏਗਾ ਸਾਡੇ ਕੋਲ ਜੀ ਆਇਆਂ ਆਪਾਂ ਕੌੜੀਆਂ ਨੂੰ ਸਾਰੀਆਂ ਮਿੱਠੀਆਂ ਬਣਾ ਲੈਣਾ ਕੌੜੀਆਂ ਤੇ ਬਿਨਾਂ ਵਰੁਣ ਜੀ ਐਸੀ ਕਰਕੇ ਦੈਟ ਇਜ਼ ਦਾ ਰੀਜ਼ਨ ਕਿ ਤੁਸੀਂ ਸੈਡ ਗਾਣਿਆਂ ਦੇ ਵਿੱਚ ਲੱਭਦੇ ਹੋ ਤੇ ਸੈਡ ਗਾਣਿਆਂ ਦੇ ਵਿੱਚ ਸਪੈਸ਼ਲੀ ਅੱਜ ਦੀ ਕਿਹੜੀ ਲਾਈਫ ਆ ਅੱਜ ਦੀ ਕਿਹੜੀ ਫਾਸਟ ਲਾਈਫ ਹੈ ਕਿਹੜੀ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਦੂਜੀ ਚੀਜ਼ ਇਹ ਹੈ ਕਿ ਕਿਹੜੀ ਕੋਵਿਡ ਕਰਕੇ ਕੀ ਫਰਕ ਪਿਆ ਆ ਕੀ ਕੋਵਿਡ ਕਰਕੇ ਇੰਡਸਟਰੀ ਤੇ ਇੰਪੈਕਟ ਪਿਆ ਦੇਖੋ ਇਹਦੇ ਵਿੱਚ ਤਾਂ ਕੋਈ ਦੋ ਰਾਇ ਨਹੀਂ ਹੈਗੀ ਕਿਉਂਕਿ ਪੈਂਡੈਮਿਕ ਕਰਕੇ ਕੋਵਿਡ ਕਰਕੇ ਮਤਲਬ ਪੂਰਾ ਵਰਲਡ ਜਿਹੜਾ ਸਫ਼ਰ ਕਰ ਰਿਹਾ ਹਰ ਬਿਜ਼ਨਸ ਸਫ਼ਰ ਕਰ ਰਿਹਾ ਉਹਦੇ ਵਿੱਚ ਸਾਡੀ ਇੰਡਸਟਰੀ ਨੇ ਵੀ ਬਿਲਕੁਲ ਸਫ਼ਰ ਕੀਤਾ ਜਿਹੜੀ ਸਿੰਗਿੰਗ ਇੰਡਸਟਰੀ ਆ ਹਰ ਇੱਕ ਨੇ ਕੀਤਾ ਛੋਟੇ ਸਪੋਟ ਬੋਏ ਤੋਂ ਲੈ ਕੇ ਵੱਡੇ ਵੱਡੇ ਡਾਇਰੈਕਟਰ ਤੱਕ ਸਾਰਿਆਂ ਨੇ ਸਫ਼ਰ ਕੀਤਾ ਪਰ ਹੁਣ ਹੌਲੀ ਹੌਲੀ ਕਰਕੇ ਫਿਰ ਮਤਲਬ ਆਪਣੀ ਪੋਜੀਸ਼ਨ 'ਤੇ ਫਿਰ ਦੁਬਾਰਾ ਆ ਰਹੀ ਹੈ ਪਰਮਾਤਮਾ ਕਿ ਅਸੀਂ ਆਪਾਂ ਦੁਆ ਕਰਦੇ ਹਾਂ ਵੀ ਹੁਣ ਜਿਹੜੀ ਆ ਗੱਲਾਂ ਚੱਲਦੀਆਂ ਵੀ ਥਰਡ ਵੇਵ ਆ ਰਹੀ ਹੈ ਜਾਂ ਕਿਤੇ ਆ ਗਈ ਆ ਟੈਲੈਂਟ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਤੁਸੀਂ ਇੱਕ ਖੁਦ ਹਾਰਡਵਰਕ ਕਰਕੇ ਅੱਜ ਉਹ ਪੋਜੀਸ਼ਨ ਲਿੱਤੀ ਹੈ ਕਿਹੜੇ ਸਕਸੈਸਫੁਲ ਸਿੰਗਰਸ ਦੇ ਵਿੱਚ ਗਿਣੇ ਜਾਂਦੇ ਆ ਤੇ ਇਹੀ ਚਾਹਾਂਗੇ ਕਿ ਤੁਸੀਂ ਉਹਨਾਂ ਨੂੰ ਉਹ ਗਾਈਡ ਕਰੋ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਇਨੀਸ਼ੀਅਲ ਸਟੇਜ ਤੇ ਮੈਂ ਸਾਰੇ ਆਪਣੇ ਛੋਟੇ ਵੀਰਾਂ ਨੂੰ ਵੀ ਬੇਨਤੀ ਕਰਾਂ ਵੀ ਇਨੀਸ਼ੀਅਲ ਸਟੇਜ ਤੇ ਜਿਵੇਂ ਮੈਂ ਐਂਟਰ ਕੀਤਾ ਮੇਰੇ ਨਾਲ ਵੀ ਬੜਾ ਫਰੌਡ ਹੋਇਆ ਉਸ ਸਮੇਂ ਦੀਆਂ ਗੱਲਾਂ 2003-04 ਚ ਵੀ ਪਰ ਮੈਂ ਹੁਣ ਉਹਦਾ ਜ਼ਿਕਰ ਨਹੀਂ ਕਰਾਂਗਾ ਮੈਂ ਕਿਸੇ ਨੂੰ ਖਾਮਖਾਈ ਆਪਾਂ ਹੁਣ ਗੱਲਾਂ ਕਹਿੰਦੇ ਵੀ ਦੱਬੀਆਂ ਗੱਲਾਂ ਨੂੰ ਕਿਉਂ ਉਠਾਉਣਾ ਪਰ ਮੈਂ ਜ਼ਰੂਰ ਇੰਨਾ ਗੱਲ ਜ਼ਰੂਰ ਕਹਾਂਗਾ ਵੀ ਚੰਗੇ ਬੰਦਿਆਂ ਦੇ ਨਾਲ ਜੁੜ ਕੇ ਹੀ ਪੂਰਾ ਸਟੱਡੀ ਕਰਕੇ ਇੱਕ ਦੂਜੇ ਵੱਲ ਦੇਖੋ ਖਾਵੇ ਵਿੱਚ ਨਹੀਂ ਕਿ ਉਹ ਹਿੱਟ ਹੋ ਗਿਆ ਜੇ ਉਹ ਹਿੱਟ ਹੋਇਆ ਉਹਦੀ ਡੈਸਟੀਨੀ ਹੈ ਇੱਕ ਸਮਾਂ ਲੱਗਾ ਸਫ਼ਰ ਲੱਗਾ ਕੋਈ ਬੰਦਾ ਵੀ ਮੈਂ ਇਹੀ ਨਹੀਂ ਕਿ ਸਿੰਗਿੰਗ ਦੇ ਫੀਲਡ ਵਿੱਚ ਮੈਂ ਕਹਿ ਦਿੰਦਾ ਕਿਸੇ ਵੀ ਕਿੱਤੇ 'ਚ ਲੈ ਲਓ ਤੁਸੀਂ ਜੋਬ 'ਚ ਲੈ ਲਓ ਪ੍ਰਾਈਵੇਟ ਜੋਬ 'ਤੇ ਗੌਰਮੈਂਟ ਜੋਬ ਬਿਜ਼ਨਸ ਲੈ ਲਓ ਕੋਈ ਵੀ ਜਿਹੜਾ ਬੰਦਾ ਆਪਾਂ ਬੰਦੇ ਨੂੰ ਕਾਮਯਾਬੀ 'ਤੇ ਵੇਖਦੇ ਹਾਂ ਉਹਦਾ ਆਪਾਂ ਸਟਰਗਲ ਨੂੰ ਭੁੱਲ ਜਾਂਦੇ ਹਾਂ ਸੋ ਗੱਲ ਹੈ ਵੀ ਟਾਈਮ ਦੇ ਨਾਲ ਮਿਹਨਤ ਕਰਕੇ ਚੰਗੀ ਤਰ੍ਹਾਂ ਤਿਆਰੀ ਕਰਕੇ ਆਪਣੇ ਆਪ ਨੂੰ ਅਤੇ ਇਸ ਫੀਲਡ 'ਚ ਜਿਹੜੇ ਤੁਹਾਡੇ ਚੰਗੇ ਤੁਹਾਨੂੰ ਪਿਆਰ ਕਰਨ ਵਾਲੇ ਆ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਅਤੇ ਫਿਰ ਹੀ ਆਪਾਂ ਨੂੰ ਮਤਲਬ ਮਾਰਕੀਟ ਵਿੱਚ ਐਂਟਰੀ ਦੇਣੀ ਚਾਹੀਦੀ ਹੈ ਟੱਚੇ ਪੰਚੇ ਮਤਲਬ ਇਹ ਨਹੀਂ ਕੋਈ ਕਮੀ ਨਹੀਂ ਲੱਭਣੀ ਜਲਦਬਾਜ਼ੀ ਵੀ ਨਹੀਂ ਕਰਨੀ ਚਾਹੀਦੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਕਿਸੇ ਕੰਮ ਦੀ ਹੈ ਨਾ ਸਹਿਜ ਪੱਕੇ ਸੋ ਮਿੱਠਾ ਹੋਵੇ ਹੈ ਨਾ ਮੈਂ ਜਿਹੜੀ ਗੱਲਾਂ ਸਿਆਣੇ ਜੇ ਕਹੀਆਂ ਹੋਈਆਂ ਤੇ ਕਾਲੀ ਕਾਲੀ ਵਿੱਚ ਆਪਾਂ ਬਹੁਤ ਜ਼ਿਆਦਾ ਨੁਕਸਾਨ ਕਰਵਾ ਲੈਂਦੇ ਹਾਂ ਤੇ ਅੱਜ ਦੀ ਡੇਟ 'ਚ ਵੀ ਕਈ ਅਜਿਹੇ ਤੁਸੀਂ ਸੁਣਿਆ ਹੋਏਗਾ ਸਿੰਗਰ ਨਵੇਂ ਮੁੰਡੇ ਉਹਨਾਂ ਦੇ ਪ੍ਰੋਜੈਕਟ ਬਣੇ ਆ ਉਹ ਮਾਰਕੀਟ 'ਚ ਪੇਸ਼ ਹੀ ਨਹੀਂ ਹੋਏ ਉਹਨਾਂ ਦੀ ਕਿਸੇ ਨੇ ਪੇਸ਼ਕਸ਼ ਹੀ ਨਹੀਂ ਕੀਤੀ ਤੋ ਉਹ ਇਸੇ ਚੱਕਰ ਵਿੱਚ ਪਤਾ ਨਹੀਂ ਕਿੰਨੇ ਪੈਸੇ ਉਹ ਬਰਬਾਦ ਕਰ ਚੁੱਕੇ ਨੇ ਕਿਉਂਕਿ ਠੀਕ ਹੈ ਸਟਾਰ ਜਿਹੜਾ ਬੰਦੇ ਵੱਲ ਕੋਈ ਵੀ ਵੇਖਦੇ ਹਾਂ ਆਪਾਂ ਚੰਗਾ ਤੇ ਲੱਗਦਾ ਬੜਾ ਵਧੀਆ ਲੱਗਦਾ ਉਹ ਪੋਜੀਸ਼ਨ ਤੇ ਬੈਠਾ ਪਰ ਸਟਾਰ ਜੁੜਨਾ ਨਾਲ ਮਾਲਕ ਦੀ ਬੜੀ ਵੱਡੀ ਬਖਸ਼ਿਸ਼ ਚਾਹੀਦੀ ਹੈ ਤੇ ਤੁਹਾਡੀ ਚੰਗੀ ਦੱਬ ਕੇ ਮਿਹਨਤ ਚਾਹੀਦੀ ਹੈ ਇਸ ਤੋਂ ਬਿਨਾਂ ਸਟਾਰ ਨਹੀਂ ਬਣ ਸਕਦਾ ਅਗਰ ਆਪਾਂ ਗੱਲ ਕਰਾਂ ਤੁਸੀਂ ਪੂਰੀ ਦੁਨੀਆ ਦੇ ਵਿੱਚ ਕਾਫੀ ਸਾਰੇ ਇੰਟਰਨੈਸ਼ਨਲ ਸ਼ੋਜ਼ ਕੀਤੇ ਆ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਗਏ ਹੋ ਤੇ ਕੋਈ ਐਦਾਂ ਦੀ ਕਿਹੜੀ ਤੁਹਾਡੇ ਦਿਲ ਦੇ ਕਰੀਬ ਹੋਵੇ ਤੁਹਾਨੂੰ ਕਿਹੜੀ ਬੈਸਟ ਜਗ੍ਹਾ ਲੱਗੀ ਬੈਸਟ ਸ਼ੋਅ ਆਪਣੀ ਲਾਈਫ ਦਾ ਕਿਹੜਾ ਤੁਸੀਂ ਕਹਿੰਦੇ ਹੋ ਕਿ ਹਾਂ ਉਹ ਮੈਨੂੰ ਮੇਰਾ ਫੇਵਰਿਟ ਸੀ ਯੈਸ ਮੈਂ ਨਾ ਮੇਰੇ ਕੋਲ ਬਿਜ਼ਨਸ ਹੈਗਾ ਮੇਰੇ ਕੋਲ ਰੈਜ਼ੀਡੈਂਸੀ ਹੈਗੀ ਹੈ ਕੈਰੀਬੀਅਨ ਤੇ ਪੈਂਦਾ ਹੈ ਆਈਲੈਂਡ ਪੈਂਦਾ ਸੇਂਟ ਮਾਰਟਿਨ ਜੀ ਜਿਹੜਾ ਵੈਸਟ ਇੰਡੀਜ਼ ਦੇ ਪਾਰਟ ਹੈ ਸਾਰੇ
ਆਈਲੈਂਡ ਕਹਿੰਦੇ ਆ ਉਹਨਾਂ ਵਿੱਚ ਐਕਸਚੇਂਜ ਮਾਰਟਨ ਵੀ ਹੈਗਾ ਉਹ ਉਹਦੇ ਰੈਸਟੋਰੈਂਟ ਹੈਗਾ ਇਟਾਲੀਅਨ ਰੈਸਟੋਰੈਂਟ ਆ ਮੇਰੇ ਕੋਲ ਪੂਰੀ ਰੈਸਿਡੈਂਸੀ ਹੈ ਵੈਰੀ ਨਾਈਸ ਤੇ ਉੱਥੇ ਇੱਕ ਵਾਰੀ ਜਦੋਂ ਮੈਂ ਗਿਆ ਤੇ ਦੀਵਾਲੀ ਦਾ ਮੌਕਾ ਸੀ ਤੇ ਉਹ ਉਹਨਾਂ ਨੇ ਇੱਕ ਪ੍ਰੋਗਰਾਮ ਇਵੈਂਟ ਇੱਕ ਆਰਗੇਨਾਈਜ਼ ਕੀਤਾ ਦੀਵਾਲੀ ਦੇ ਮੌਕੇ ਤੇ ਤੇ ਬੜੇ ਸ਼ਾਰਟ ਨੋਟਿਸ ਤੇ ਉੱਥੇ ਇੱਕ ਮੈਡਮ ਨੀਸ਼ਾ ਦਵਾਨੀ ਜੀ ਹੈਗੇ ਮੇਰੇ ਬੜੇ ਅੱਛੇ ਦੋਸਤ ਹੈਗੇ ਆ ਬੜੇ ਅੱਛੇ ਪਰਿਵਾਰ ਨਾਲ ਸੰਬੰਧ ਰੱਖਦੇ ਆ ਸੋਸ਼ਲੀ ਵੀ ਬੜਾ ਉਹਨਾਂ ਦਾ ਨਾਮ ਉੱਥੇ ਸੇਮ ਮਾਰਟ ਤੇ ਨੀਸ਼ਾ ਦਵਾਨੀ ਮੈਨੂੰ ਤਾਂ ਤੇ ਉਹਨਾਂ ਨੇ ਮਤਲਬ ਮੈਨੂੰ ਕਿਹਾ ਨਹੀਂ ਜਗੀਰ ਤੂੰ ਤਿਆਰ ਕਰ ਸੌਂਗ ਹੈ ਨਾ ਜੀ ਤੇ ਮੈਂ ਉੱਥੇ ਦੋ ਸੌਂਗ ਗਾਏ ਮੈਂ ਗਾਇਆ ਆਪਣੇ ਮੈਂ ਕਦੀ ਬਦਲਾਤਾ ਨਹੀਂ ਮੈਨੂੰ ਕੋਈ ਬੱਚਿਆਂ ਦਾ ਪ੍ਰੋਗਰਾਮ ਸਿੱਖਣ ਮੈਂ ਕਿਹਾ ਕੋਈ ਬੱਚਿਆਂ ਨੂੰ ਇਸ ਤਰੀਕੇ ਨਾਲ ਉਹ ਗਾਣਾ ਗਾਇਆ ਤੇ ਮੈਂ ਗਾਇਆ ਸੀ ਲਾਈ ਵੀ ਨਾ ਗੇਟ ਤੇਰੀ ਬਾਈ ਤੇ ਉਹਨਾਂ ਮੇਰਾ ਮੇਰਾ ਬ੍ਰਦਰ ਉਸ ਟਾਈਮ ਉੱਥੇ ਮੇਰਾ ਬੜਾ ਵੱਡਾ ਬ੍ਰਦਰ ਉਹ ਜਰਮਨੀ ਰਹਿੰਦਾ ਆ ਉਹਦਾ ਉੱਥੇ ਵੀ ਇਟਾਲੀਅਨ ਰੈਸਟੋਰੈਂਟ ਹੈਗੇ ਉਹਦੇ ਤੇ ਜਰਮਨ ਦੇ ਹੈ ਨਾ ਤੇ ਮੇਰੇ ਬ੍ਰਦਰ ਤੋਂ ਮੌਕਾ ਨਹੀਂ ਮਿਲਿਆ ਕਿਉਂਕਿ ਉਹ ਕੰਮ ਛੱਡ ਕੇ ਮੇਰਾ ਪ੍ਰੋਗਰਾਮ ਦੇਖਣ ਨਹੀਂ ਆ ਸਕਦਾ ਜੀ ਪਰ ਇੱਕ ਨਾ ਰਸ਼ੀਅਨ ਵੁਮਨ ਰਸ਼ੀਅਨ ਵੁਮਨ ਨਹੀਂ ਉਹ ਬਾਜੀ ਕੋ ਕਹਿੰਦੀ ਮੈਂ ਜਾਣਾ ਤੇਰੇ ਬ੍ਰਦਰ ਨਾਲ ਜੇ ਉਹਨੂੰ ਸਾਡੀ ਭਾਸ਼ਾ ਨਾਲ ਕੋਈ ਮਤਲਬ ਨਹੀਂ ਹੈ ਤੇ ਉਹ ਸੁਣਨ ਆ ਗਈ ਉੱਥੇ ਤੇ ਨਾਲੇ ਵੀਡੀਓ ਬਣਾ ਰਹੀ ਸੀ ਕਿਤੇ ਉਹਨੇ ਵੀਡੀਓ ਬਣਾਉਂਦੇ ਬਣਾਉਂਦੇ ਜਿੱਦਾਂ ਉਹਨੂੰ ਬੜਾ ਉਹਨੂੰ ਸਾਡੀ ਭਾਸ਼ਾ ਨਾਲ ਕੋਈ ਨਹੀਂ ਲੈਣਾ ਦੇਣਾ ਕੋਈ ਸਮਝ ਨਹੀਂ ਆਈ ਪਰ ਉਹ ਨਾ ਮੇਰੇ ਭਰਾ ਕੋ ਆ ਕੇ ਕਹਿੰਦੀ ਤੇਰੇ ਮਤਲਬ ਤੇਰੇ ਭਾਣੇ ਦਾ ਉੱਥੇ ਗਾਇਆ ਤੇਰੇ ਸੌਂਗ ਦੇ ਖੜੇ ਹੋ ਗਏ ਕਹਿੰਦੀ ਤੇਰੇ ਨਾ ਰੌਂਗ ਤੇ ਖੜੇ ਹੋ ਗਏ ਤੇ ਉਹ ਗਾਣਾ ਅੱਧਾ ਛੱਡ ਕੇ ਭਰਾ ਕੋ ਉਹਨੂੰ ਸਿਰਫ ਇਹੀ ਦੱਸਣਾ ਸੀ ਉਹ ਚੀਜ਼ ਨੂੰ ਬੜੀ ਵਧੀਆ ਲੱਗੀ ਮੇਰੇ ਭਰਾ ਨੂੰ ਬੜੀ ਖੁਸ਼ੀ ਹੋਈ ਫਿਰ ਉਹਦੇ ਚਾਹ ਨਜ਼ਰ ਠੀਕ ਹੈ ਯਾਰ ਇੱਕ ਪਬਲਿਸਿਟੀ ਨਾਲ ਇਹ ਗੱਲ ਕਹਿੰਦਾ ਸਟਾਰ ਬਣਨਾ ਮਾਲਕ ਦੀ ਕਿਰਪਾ ਤੇ ਲੋਕਾਂ ਦੀ ਆਸ਼ੀਰਵਾਦ ਜਿਹੜਾ ਵੱਡਾ ਸਟਾਰ ਨਹੀਂ ਬਣਿਆ ਜਾਂਦਾ ਸਾਰੇ ਬੰਦੇ ਲੈਣ ਤੇ ਲੱਗੇ ਆ ਜਿਹੜਾ ਵਿੱਚ ਮੈਂ ਵੀ ਹੈਗਾ ਬੇਸ਼ੱਕ ਮੈਂ ਬਿਜ਼ਨਸ ਕਰਦਾ ਗੋਡ ਨੇ ਮੇਰੇ ਵਿੱਚ ਗੈਲੀ ਰਹੀ ਹੈ ਪਰ ਕਿਤੇ ਨਾ ਕਿਤੇ ਮਨ ਚ ਰਹਿੰਦਾ ਵੀ ਹਾਂ ਮੌਕਾ ਮਿਲਿਆ ਤੇ ਆਪਣੀ ਇਹ ਜਿਹੜੀ ਹੈਗੀ ਆ ਪੂਰੇ ਵਰਲਡ 'ਚ ਹਰ ਇੱਕ ਤੱਕ ਜਾਣੀ ਚਾਹੀਦੀ ਸੋਚਦੇ ਸੋ ਉਹ ਨਹੀਂ ਜਾਂਦਾ ਕੋਈ ਵੀ ਹੈਗਾ ਹੈ ਨਾ ਉਹ ਚੀਜ਼ ਜਿਹੜੀ ਮੇਰੇ ਦਿਲ ਤੇ ਮਤਲਬ ਘਰ ਕਰ ਗਈ ਉਹ ਗੱਲ ਤੇ ਉਹ ਮੈਂ ਲੈਣਾ ਜ਼ਰੂਰ ਤੁਹਾਨੂੰ ਵੀ ਸੁਣਾਵਾਂਗਾ ਜੀ ਮੈਂ ਕਹਿੰਦਾ ਜੀ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਮੇਰੇ ਮਾਰਦਾ ਜਹਾਨ ਮੈਨੂੰ ਸਾਰਾ ਤੇਰੀ ਮੇਰੀ ਉਹ ਤੇ ਗਈ ਸੋਹਣੀਏ ਕਿਵੇਂ ਟੁੱਟਿਆ ਮਰ ਤੂੰ ਤਾਰਾ क्या बात है क्या बात है जगदीप जी अज तुहाडे नाल गल्लां करके बहुत ही मज़ा आया ते असीं अग्गे भी तुहाडे नाल गल्लां करदे रहांगे बिकॉज तुहाडे नाल कड़ी सांझ है साडी वो पुरानी है ते अग्गे भी पांदे रहांगे ते करदे रहांगे फ्रेंड्स वर्ल्ड टीवी वालों ते इंडस एज वालों बहुत बहुत शुक्रिया तुहाडे समय दा तुहाडे प्यार दा ते पुरानियां गल्लां नूं याद कराउण दा ते इन्ने वधिया वधिया सानूं सारे स्रोतां नूं गाने सुणाउण दा मैं वरुण तिवारी दा ਫਰੈਂਡਸ ਵਰਲਡ ਟੀਵੀ ਦਾ ਬੜਾ ਦਿਲੋਂ ਆਭਾਰੀ ਹੈ ਵੀ ਜਿਹਨਾਂ ਦੀ ਬਦੌਲਤ ਮੈਂ ਆਸਟ੍ਰੇਲੀਆ 'ਚ ਵਸਦੇ ਲੋਕਾਂ ਦੇ ਮੁਖਾਤਿਬ ਹੋ ਰਹੇ ਧੰਨਵਾਦ ਥੈਂਕ ਯੂ ਜੀ ਤੇ ਦੋਸਤੋ ਅੱਜ ਆਪਾਂ ਮੁਲਾਕਾਤ ਕੀਤੀ ਜਗਦੀਪ ਜੁਬਲੀ ਜੀ ਦੇ ਨਾਲ ਅਤੇ ਆਪਾਂ ਮੁਲਾਕਾਤ ਕਰਦੇ ਹਾਂ ਅਗਲੇ ਸਪਤਾਹ ਇਸੀ ਪ੍ਰੋਗਰਾਮ ਜਿਹਦਾ ਨਾਮ ਹੈ ਸਟਾਰ ਟਾਕ ਥੈਂਕ ਯੂ